डीजल ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਕਚਹਿਰੀ ਚੌਂਕ ਵਿਖੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਆਖਿਆ ਗਿਆ ਕਿ ਕੀਮਤਾਂ ਵਧਣ ਕਾਰਨ ਮਹਿੰਗਾਈ ਵਧੀ ਹੈ ਅਤੇ ਆਮ ਲੋਕ ਪਰੇਸ਼ਾਨ ਹਨ। ਇਸ ਮੌਕੇ ਤੇ ਪੰਜਾਬ ਸੀਡਸ ਕਾਰਪੋਰੇਸ਼ਨ ਦੇ ਚੇਅਰਮੈਨ ਜੂਲ ਕਿਸ਼ੋਰ ਸ਼ਰਮਾ, ਡਾਇਰੈਕਟਰ ਬਲਬੀਰ ਬੱਬੀ, ਡਾਇਰੈਕਟਰ ਸੰਜੀਵ ਅਰੋੜਾ, ਕੌਂਸਲਰ ਪ੍ਰਮੋਦ ਬਬਲਾ, ਸੰਜੀਵ ਟਾਂਗਰੀ, ਸਤੀਸ਼ ਬੱਲੂ, ਵਿਰਾਟ ਦੇਵਗਨ ਸਮੇਤ ਕਈ ਲੋਕ ਮੌਜੂਦ ਸਨ। ਇਹ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਰ ਰਹੀ ਹੈ। ਆਹ ਦੇਸ਼ 'ਚ ਮਹਾਂਮਾਰੀ ਫੈਲ ਗਈ ਹੋ, ਆਹ ਦੇਸ਼ 'ਚ ਕਮਰ ਤੋੜ ਮਹਿੰਗਾਈ ਹੋ, ਆਹ ਹੁਣ ਆਹ ਕਿਸਾਨ ਸੜਕਾਂ 'ਤੇ ਆ, ਇੰਡਸਟਰੀ ਦਾ ਬੁਰਾ ਹਾਲ ਆ, ਅਤੇ ਪ੍ਰਧਾਨ ਮੰਤਰੀ ਜੀ ਮਜ਼ਾ ਲੈਂਦੇ ਹੋਏ ਪਾਰਲੀਮੈਂਟ 'ਚ ਕੀ ਕਹਿੰਦੇ, ਕਹਿੰਦੇ ਜੀ ਇਹ ਕਾਂਗਰਸ ਪਾਰਟੀ ਅੰਦੋਲਨ ਜੀਵੀ ਹੈ। ਲੇਕਿਨ ਇਹ ਜਿਹੜੀ ਨਰਿੰਦਰ ਮੋਦੀ ਸਰਕਾਰ ਆ, ਆਹ ਪੈਟਰੋਲ ਪੀਊ ਜੀਵੀ, ਇਹ ਖੂਨ ਪੀਊ ਜੀਵੀ, ਇਹ ਡੀਜ਼ਲ ਪੀਊ ਜੀਵੀ, ਇਹ ਗੈਸ ਖਾਊ ਜੀਵੀ, ਇਹ ਮੀਡੀਆ ਦਬਾਊ ਜੀਵੀ ਅਤੇ ਬੇੜਾ ਗਰਕ ਜੀਵੀ, ਇਹ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਖਿਲਾਫ ਅੱਜ ਅਸੀਂ ਸੜਕਾਂ 'ਤੇ ਉਤਰੇ ਹਾਂ ਔਰ ਅਸੀਂ ਇਹ ਅੰਦੋਲਨ ਸ਼ੁਰੂ ਕੀਤਾ ਹੈ ਔਰ ਅਸੀਂ ਲੋਕ ਹਿੱਤ ਦੇ ਵਿੱਚ ਲੋਕਾਂ ਦੇ ਨਾਲ ਹਾਂ, ਲੋਕਾਂ ਦੇ ਵਾਸਤੇ ਲੜਦੇ ਰਹਾਂਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਹਵਾਨ ਕੀਤਾ ਹੈ ਕਿ ਜਿਸ ਤਰ੍ਹਾਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਉਹਦੇ ਵਾਸਤੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਾਂਗਰਸ ਪਾਰਟੀ ਵੱਲ। ਮੈਂ ਸਮਝਦਾ ਹਾਂ ਕਿ ਜੋ ਮਹਿੰਗਾਈ ਇਸ ਵੇਲੇ ਹੈ ਇਹ ਕਦੀ ਕਿਸੇ ਵੀ ਸਰਕਾਰ ਦੇ ਵਿੱਚ ਮਹਿੰਗਾਈ ਨਹੀਂ ਹੋਈ। ਕਹਿੰਦੇ ਸੀ ਚੰਗੇ ਦੇ ਦਾਂਗੇ, ਅੱਜ ਹਰ ਇੱਕ ਬੰਦਾ ਇਹਦੇ ਵਾਸਤੇ ਰੋ ਰਿਹਾ ਹੈ। ਅੱਜ ਇਹਨਾਂ ਨੇ ਰੇਲਵੇ ਨੂੰ ਪ੍ਰਾਈਵੇਟ ਕਰਤਾ, ਏਅਰਪੋਰਟ ਨੂੰ ਪ੍ਰਾਈਵੇਟ ਕਰਤਾ, ਅੱਜ ਇਹ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ। ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਨੇ ਲੋਕਾਂ ਦਾ ਨਾਰਾ ਦਿੱਤਾ ਸੀ ਕਿ ਸਰਕਾਰੀ ਬੈਂਕ ਬਣਾਏ, ਸਰਕਾਰੀ ਸਭ ਕੁਝ ਕੀਤਾ, ਲੋਕਾਂ ਵਾਸਤੇ ਬਣਾਇਆ, ਅੱਜ ਪ੍ਰਾਈਵੇਟ ਕਰਕੇ ਉਹਨਾਂ ਸ਼ੋਅਕਾਰਾਂ ਨੂੰ ਜਿਹੜਾ ਹੈ ਫਾਇਦਾ ਦੇ ਰਹੇ।